ਵਿੱਚ ਬੰਦਿਆਂ ਨੇ ਪੈ ਕੇ ਕੋਈ ਗੱਲਬਾਤ ਮਨਾਉਣ ਦੀ, ਸੁਲਝਾਉਣ ਦੀ, ਮਸਲੇ ਨੂੰ ਕੋਸ਼ਿਸ਼ ਨਹੀਂ ਕੀਤੀ? ਉਦੋਂ ਤੁਹਾਡੀ ਆਵਾਜ਼ 'ਚ ਫਰਕ ਪੈ ਗਿਆ, ਤੁਸੀਂ ਮੰਨਦੇ ਹੋ ਵੀ ਭਾਈ ਫਰਕ ਪੈ ਗਿਆ ਸੀ ਆਵਾਜ਼ 'ਚ? ਆਏ ਪੱਖਾ ਚੱਲਦਾ ਚੱਲਦਾ ਇੱਕਦਮ ਲਾਈਟ ਚੱਲੀ ਜਾਂਦੀ, ਉਹ ਹਿਸਾਬ ਹੋਇਆ ਸੀ ਮੇਰੇ ਨਾਲ। ਜਦੋਂ ਰਣਜੀਤ ਕੌਰ ਨੇ ਪਹਿਲੀ ਵਾਰ ਸਟੇਜ 'ਤੇ ਖੜ ਕੇ ਗਾਣਾ ਗਾਇਆ, ਉਹ ਲੱਤਾਂ ਦਾ ਕੰਬੜਾ ਕਿੰਨਾ ਕੁ ਚੇਤੇ ਆਉਂਦਾ? ਰਣਜੀਤ ਕੌਰ ਨੂੰ ਰਣਜੀਤ ਕੌਰ ਹੋਣ ਦੇ ਉੱਤੇ ਕਿੰਨਾ ਕਮਾਣ ਆ? ਮੈਂ ਕਹਿੰਦੀ ਪਹਿਲੇ ਆਰਟਿਸਟ ਥੋੜ੍ਹੇ ਭੋਲੇ ਹੁੰਦੇ ਸੀ, ਨਾ ਤਾਂ ਬਿਜ਼ਨਸਮੈਨ ਹੁੰਦੇ ਸੀ, ਨਾ ਉਹਨਾਂ ਦਾ ਮਾਇੰਡ ਉਦਾਂ ਦਾ ਹੁੰਦਾ ਸੀ। ਮਹੀਨੇ 'ਚ ਵੱਧ ਤੋਂ ਵੱਧ ਕਿੰਨੇ ਪ੍ਰੋਗਰਾਮ ਲਾਏ? ਪ੍ਰੋਗਰਾਮ ਤਾਂ ਸਾਡੇ ਵਧੀਆ ਲੱਗਦੇ ਸੀ, ਪਰ ਕਮਾਉਣਾ ਨਹੀਂ ਆਇਆ ਕੰਮ। ਜਦੋਂ ਤੁਸੀਂ ਕਹਿੰਦੇ ਪੈਂਦੀਆਂ ਸੜਕ ਮੇਰੀ ਮੰਗਵੇ, ਉਦੋਂ ਕਈਆਂ ਦਾ ਬੀਪੀ ਵੱਧਦਾ ਘਟਦਾ ਸੀ? ਮਾਰਦਾ ਆਹੂ ਦੇ ਰੇ ਸੌਰੀਆਂ ਦਾ ਵਿੰਡ ਨਹੀਂ ਹਲੰਡ ਕਿੱਡਲ ਗੱਲਬਾਤ। ਤੁਹਾਡੀ ਤਾਂ ਫੋਟੋ ਮੁੰਡੇ ਖੁੰਡੇ ਜੇਬਾਂ 'ਚ ਪਾ ਕੇ ਰੱਖਦੇ ਹੁੰਦੇ ਸੀ। ਕਈਆਂ ਨੇ ਮੈਨੂੰ ਮੇਰੀ ਫੋਟੋ ਲਗਾ ਕੇ ਨਾ ਕੇ ਤੁਸੀਂ ਬੜੇ ਮੁੰਡੇ ਕਟਵਾਏ ਹੋਣੇ ਆ। ਤੁਹਾਡੇ ਕੋਲ ਗਾਣਾ ਸੁਣਨਾ ਛੜਕਾ ਦਾਂਗੇ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਜੀ ਹਰ ਵਾਰ ਦੀ ਤਰ੍ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਅੱਜ ਬਹੁਤ ਖੁਸ਼ ਹਾਂ ਅਸੀਂ ਦੋਵੇਂ। ਬਿਲਕੁਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਸਾਰੇ ਭੈਣਾਂ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ। ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਹਾਡੇ ਕੰਮ ਕਾਜ ਦੇ ਵਿੱਚ ਬਰਕਤਾਂ ਰਹਿਣ ਤੇ ਤੁਸੀਂ ਚੰਗਾ ਸੁਣੋ ਤੇ ਚੰਗਾ ਸੁਣਾਓ ਤੇ ਸੋਹਣੇ ਸ਼ਬਦਾਂ ਦੀ ਵਰਤੋਂ ਕਰਿਆ ਕਰੋ ਤੇ ਤੁਹਾਡੇ ਕੋਲ ਸ਼ਬਦ ਭੰਡਾਰ ਮੁੱਕੇ ਨਾ ਕਦੇ ਜੀ। ਤੁਹਾਡੇ ਪੀਪੇ ਦੇ ਵਿੱਚੋਂ ਆਟਾ ਨਾ ਮੁੱਕੇ ਕਦੇ ਤੇ ਖਾਤੇ ਦੇ ਵਿੱਚੋਂ ਰੁਪਈਏ ਨਾ ਮੁੱਕਣ ਤੇ ਸਿਰ ਦੇ ਵਿੱਚੋਂ ਚੰਗੀਆਂ ਗੱਲਾਂ ਨਾ ਮੁੱਕਣ, ਸੋਚ ਨਾ ਮੁੱਕੇ, ਇਹਦੀ ਕਾਮਨਾ ਕਰਦੇ ਹਾਂ। ਚੱਜ ਦਾ ਵਿਚਾਰ ਦੀ ਹਫ਼ਤਾਵਾਰੀ ਕਿਸ਼ਤ ਲੈ ਕੇ ਹਾਜ਼ਰ ਹਾਂ ਤੇ ਅੱਜ ਉਸ ਮਹਾਨ ਗਾਇਕਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਅੱਜ ਉਹ ਕਿਵੇਂ ਹਨ, ਕਿਉਂਕਿ ਆਪਣੇ ਕੋਲ ਹੋਰ ਬਹੁਤ ਸਾਰੇ ਕੰਮ ਕਾਜ ਹੁੰਦੇ ਆ, ਪਰ ਜਿਵੇਂ ਦੇ ਵਿੱਚ ਹਰ ਬੰਦੇ ਦੀ ਜ਼ਿੰਦਗੀ ਆ ਜੀ, ਉਹ ਕਿਵੇਂ ਨੇ 75 ਵਰਿਆਂ ਦੇ ਨੇ, ਲਗਭਗ 75 ਵਰਿਆਂ ਦੇ, ਜੇਕਰ ਮੈਂ 1-2 ਸਾਲ ਦਾ ਅੱਗੇ ਪਿੱਛੇ ਮੇਰੇ ਕੋਲ ਹੋ ਨਾ ਜਾਵੇ, ਲਗਭਗ 75 ਵਰਿਆਂ ਦੇ ਨੇ, ਪਰ ਉਹਨਾਂ ਦੇ ਚਿਹਰੇ ਦੇ ਉੱਤੇ ਅੱਜ ਵੀ ਹੱਸੂ ਹੱਸੂ ਕਰਦੀ ਗੱਲ ਆ। ਉਹਨਾਂ ਦੇ ਗਾਣੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਸੁਣੇ ਆ ਜੀ ਤੇ ਉਹਨਾਂ ਨੂੰ ਬੀਬੀ ਰਣਜੀਤ ਕੌਰ ਕਹਿੰਦੇ ਨੇ, ਸਤਿਕਾਰਯੋਗ। ਤੇ ਜਿਹੜੇ ਪੰਜਾਬੀ ਨੂੰ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਦੇ ਗੀਤ ਨਹੀਂ ਚੇਤੇ, ਉਹ ਪੰਜਾਬੀ ਹੀ ਨਹੀਂ। ਸਹੀ। ਜਿਹੜੇ ਪੰਜਾਬੀ ਨੂੰ ਇਹਨਾਂ ਦੇ ਗੀਤਾਂ ਦੇ ਬਾਰੇ ਇਹ ਨਹੀਂ ਪਤਾ ਜੀ ਕਿ ਇਹਦੇ ਵਿੱਚ ਰਿਸ਼ਤਿਆਂ ਦੀ ਗੱਲ ਕਿਵੇਂ ਸੀ ਤੇ ਕਿਵੇਂ ਕਿਵੇਂ ਖਹਿ ਖਹਿ ਕੇ ਗਾਉਂਦੇ ਸੀ, ਉਹ ਪੰਜਾਬੀ ਗੀਤਾਂ ਦਾ ਆਸ਼ਕ ਹੀ ਨਹੀਂ। ਸੋ ਰਣਜੀਤ ਕੌਰ ਜੀ ਦੇ ਨਾਲ ਸਾਡਾ ਸੰਪਰਕ ਹੋਇਆ ਗੁਰਦੇਵ ਸਿੰਘ ਲਾਪਰਾ ਜੀ ਦੇ ਕਰਕੇ, ਅਜੀਤ ਸਿੰਘ ਬਾਈ ਜੀ ਦੇ ਕਰਕੇ, ਜਸਵੰਤ ਸੰਦੀਲਾ ਸਾਹਿਬ ਦੇ ਕਰਕੇ। ਅਸੀਂ 5 ਕਵਰੇ ਪਹਿਲਾਂ, ਲਗਭਗ 5 ਕਵਰੇ ਪਹਿਲਾਂ ਵੀ ਮੁਲਾਕਾਤ ਕੀਤੀ ਸੀ। ਹਰਮਨ ਜੀ, ਮੈਂ ਗਲਤ ਨਹੀਂ ਕਹਿ ਰਿਹਾ? ਨਹੀਂ, ਬਿਲਕੁਲ ਸਹੀ ਕਹਿ ਰਹੇ। ਅੱਜ ਅਸੀਂ ਫਿਰ ਇਹਦੇ ਨਾਲ ਗੱਲਬਾਤ ਕਰਾਂਗੇ, ਆਪਾਂ ਸਵਾਗਤ ਕਰਦੇ ਹਾਂ ਤੇ ਫਿਰ ਅੱਜ ਗਾਣੇ ਸੁਣਨੇ ਆ। ਬੀਬੀ ਜੀ ਕਹਿੰਦੇ ਵੀ ਸਿਰਾ ਹੀ ਲਾ ਲੈਣਾ ਅੱਜ ਤੇ ਨਾਲ ਟੈਣਾ ਸਾਹਿਬ ਪੂਰਾ ਸਾਥ ਦੇਣਗੇ, ਇਹ ਵੀ ਦੱਸੋ ਨਾ। ਹਾਂ, ਬਹੁਤ ਬਹੁਤ ਧੰਨਵਾਦ ਟੈਣਾ ਸਾਹਿਬ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਭ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ। ਹਰਮਨ ਜੀ,
ਕਿਆ ਬਾਤ ਹੈ, ਕਿਆ ਬਾਤ ਹੈ ਟਹਿਣਾ ਸਾਹਿਬ, ਕਿਆ ਬਾਤ ਹੈ ਤੁਹਾਡੀ ਵੀ, ਤੁਹਾਡੇ ਸਾਰੇ ਗਰੁੱਪ ਦੀ, ਜਿੰਨੇ ਵੀ ਤੁਹਾਡੀ ਟੀਮ ਦੇ ਮੈਂਬਰ ਹੈ। ਸੋ ਤੁਸੀਂ ਗਾਹੇ ਬਗਾਹੇ ਜਦੋਂ ਟਾਈਮ ਲੱਗਦਾ ਮੈਨੂੰ ਬੁਲਾ ਕੇ ਇੱਥੇ ਚਾਹੀਦਾ। ਸਾਨੂੰ ਇਹ ਆ ਕਿ ਅਸੀਂ ਅਕਸਰ ਹੀ ਤੁਹਾਡੇ ਦਰਸ਼ਨ ਕਰ ਗਏ, ਪਰ ਅਸੀਂ ਤੁਹਾਨੂੰ ਤੰਗ ਨਹੀਂ ਕਰਦੇ ਗੇ। ਓ ਰੱਬਾ ਰੱਬਾ, ਚੜ੍ਹਦੀ ਕਲਾ ਦੇ ਵਿੱਚੋਂ ਮੈਂ ਚੜ੍ਹਦੀ ਕਲਾ ਚੰਗਾ, ਠੀਕ ਹੈ ਠੀਕ ਹੈ, ਬਸ ਵਧੀਆ, ਸ਼ੁਕਰ ਹੈ ਮਾਲਕ ਦਾ, ਸ਼ੁਕਰ ਹੈ। ਔਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਕਹਿ ਦਈਏ ਭਾਈ, ਕਹੋ ਕਹੋ ਕਹੋ, ਇਹ ਵੇਖ ਲਓ ਨਾਲ ਹੀ ਸ਼ੁਰੂ ਹੋ ਜਾਂਦੇ ਆ, ਨਾਲ ਹੀ ਟੈਟ ਹੈ ਟੈੜਾ, ਨਾਲ ਹੀ ਟੈਟ ਹੈ ਹੋਣ ਲੱਗ ਜਾਂਦੀ ਹੈ। ਬਹੁਤ ਚੰਗੀ ਲੱਗਦੀ ਅਸੀਂ ਤਾਂ ਸੁਣਦੇ ਰਹੀਏ ਹਮੇਸ਼ਾ ਹੀ। ਜਦੋਂ ਤੁਸੀਂ ਕਹਿ ਰਹੇ ਕਿ ਮੈਂ ਬੀਪੀ ਦੀ ਗੋਲੀ ਲੈ ਲਾਂ, ਤੇ ਮੈਂ ਕਿਹਾ ਜਦੋਂ ਤੋਂ ਤੁਸੀਂ ਗਾਉਣ ਲੱਗੇ ਬੀਪੀ ਤਾਂ ਕਈਆਂ ਦਾ ਵਧਾਇਆ, ਮੰਨਣ ਵਾਲੀ ਗੱਲ ਨਹੀਂ, ਪਰ ਪਿਆਰ ਵੀ ਮੈਨੂੰ ਇੰਨਾ ਦੇ ਰਿਹਾ ਨਾ, ਬਸ ਮੈਂ ਰੀਣੀ ਹੈ ਇਹਨਾਂ ਦਾ, ਸੁਣਨ ਵਾਲਿਆਂ ਦਾ, ਪੰਜਾਬੀ ਨੂੰ ਜਿਹੜੇ ਟਿਪੀਕਲ ਪੰਜਾਬੀ ਨੂੰ ਸਮਝਦੇ ਆ, ਔਰ ਟਿਪੀਕਲ ਸਾਡੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਨੂੰ ਸਮਝਦੇ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਔਰ ਇਸੇ ਤਰ੍ਹਾਂ ਆ ਯੂਟਿਊਬ 'ਤੇ ਤਾਂ ਵਧੀਆ ਹੀ ਆ ਸਾਰਾ ਕੁਛ, ਸਾਰੇ ਵਧੀਆ ਭੈਣ ਜੀ, ਹਾਂ ਸਾਰੇ ਹੀ ਸਾਰੇ, ਤੁਹਾਡਾ ਤਾਂ ਜਵਾਬ ਹੀ ਨਹੀਂ, ਹਾਂ ਤੁਸੀਂ ਵੀ ਵਧੀਆ, ਆਪਾਂ ਤਾਂ ਸਭ ਤੋਂ ਵਧੀਆ, ਹੋਰ ਕੋਈ ਕਵੇ ਨਾ ਕਰੋ, ਨਹੀਂ ਨਹੀਂ ਖੈਰ। ਚਲੋ ਮੇਰਾ ਪਹਿਲਾ ਸਵਾਲ, ਹਾਂ ਕਿਹੜਾ ਉਹ ਪੁਰਾਣਾ ਵੇਲਾ ਕਿੰਨਾ ਕੁ ਚੇਤੇ ਆਉਂਦਾ ਜਦੋਂ ਰਣਜੀਤ ਕੌਰ ਨੇ ਪਹਿਲੀ ਵਾਰ ਸਟੇਜ 'ਤੇ ਖੜ ਕੇ ਗਾਣਾ ਗਾਇਆ, ਅੱਜ 75ਵੇਂ ਵਰੇ ਦੇ ਵਿੱਚ ਉਹ ਵੇਲਾ, ਉਹ ਸਟੇਜ, ਉਹ ਉਮਰ, ਉਹ ਗਾਣਾ, ਉਹ ਦਰਸ਼ਕ, ਉਹ ਲੱਤਾਂ ਦਾ ਕੰਬਲਾ, ਕਿੰਨਾ ਕੁ ਚੇਤੇ ਆਉਂਦਾ? ਹੁਣ ਤਾਂ ਸੱਚੀ ਕੰਬਲ ਲੱਗਿਆ, ਪਰ ਠੀਕ ਹੈ, ਮਹਾਰਾਜ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ। ਔਰ ਮੈਂ ਤਾਂ ਸ਼ੁਕਰ ਕਰਦੀ ਹਾਂ ਵੀ ਆਹ ਜਿਹੜੇ ਵਡਮੁੱਲੇ ਸਾਹ ਆ ਨਾ ਮਹਾਰਾਜ ਨੇ ਦਿੱਤੇ, ਇਹ ਬੋਨਸ ਹੀ ਹੈ ਤੁਹਾਡਾ। ਨਹੀਂ ਪਰ ਉਹ ਵੇਲਾ ਤਾਂ ਚੇਤੇ ਆਉਂਦਾ ਹੋਏਗਾ, ਵੇਲਾ ਤਾਂ ਬਹੁਤ ਚੇਤੇ ਆਉਂਦਾ, ਹੁਣ ਉਹ ਚੇਤਾ ਕਰ ਕਰਕੇ ਥੋੜੇ ਜਿਹੇ ਹੌਸਲੇ 'ਚ ਹੌਸਲੇ 'ਚ। ਕਿਹੜਾ ਗਾਣਾ ਸੀ ਭੈਣ ਜੀ ਉਹ ਪਹਿਲਾ ਤਾਂ ਨਾ ਹੀ ਪੁੱਛਿਆ, ਪਹਿਲਾ ਗਾਣੇ ਦਾ ਤਾਂ ਮੈਨੂੰ ਇੰਨਾ ਮੈਨੂੰ ਵੀ ਨਹੀਂ ਸੀ ਚੰਗਾ ਲੱਗਦਾ, ਮੈਂ ਗਾ ਤਾ ਬਸ। ਕਿਹੜਾ ਸੀ? ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ। ਅੱਛਾ, ਹਾਂ ਨਹੀਂ ਉਹ ਉਦੋਂ ਵੀ ਨਹੀਂ ਸੀ ਚੰਗਾ ਲੱਗਦਾ ਕਿ ਹੁਣ ਉਮਰ ਦੇ ਇਸ ਪੈਰ 'ਚ ਚੰਗਾ ਨਹੀਂ ਲੱਗਦਾ? ਉਮਰ ਦੇ ਹਿਸਾਬ ਨਾਲ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਗਾਣਾ ਕੀ ਹੁੰਦਾ, ਗਾਉਣ ਲੱਗ ਗਏ ਸੀ ਪਰ ਕੁਛ ਸ਼ੌਕ ਸੀ ਕੁਛ ਮਜਬੂਰੀਆਂ ਸੀ। ਕੁਛ ਸ਼ੌਕ ਸੀ ਤੇ ਕੁਛ ਮਜਬੂਰੀਆਂ ਸੀ, ਤੇ ਮਜਬੂਰੀਆਂ ਬਹੁਤੀ ਵਾਰੀ ਸ਼ੌਕ ਤੋਂ ਵੱਡੀਆਂ ਹੁੰਦੀਆਂ। ਇਹ ਵੀ ਹੈ, ਕੁਛ ਲਾ ਲਓ ਤੁਸੀਂ, ਹੁਣ ਤੂੰ ਤਾਂ ਬਾਬਾ ਹੀ ਬਣਿਆ ਹੋਇਆ ਪ੍ਰਾਈਮ ਏਸ਼ੀਆ ਦਾ, ਜੋ ਵੀ ਤੇਰੇ ਮੂੰਹ ਲਫ਼ਜ਼ ਹੁੰਦੇ ਆ ਨਾ ਬਹੁਤ ਪਿਆਰੇ ਹੁੰਦੇ ਆ, ਬਹੁਤ ਜੇ ਉਹਨੂੰ ਧਿਆਨ ਨਾਲ ਸੁਣੋ ਤਾਂ ਬਹੁਤ ਹੀ ਵਧੀਆ ਹੁੰਦੇ ਆ। ਤੇ ਉਹ ਤੁਸੀਂ ਸੋਲੋ ਗੀਤ ਗਾਇਆ ਸੀ ਕਿ ਡਿਊਟ ਸੀਗਾ ਜੀ? ਉਹ ਜਦੋਂ ਡਿਊਟ ਸੀ ਬੈਠੇ ਇਹਦੇ ਨਾਲ, ਡਿਊਟ ਸੀ, ਉਹ ਵੀ ਵਿਚਾਰਾ ਮਾਰ ਖਾ ਗਿਆ, ਸ਼ੁਕਰ ਤੁਸੀਂ ਸ਼ੁਕਰ ਨਹੀਂ, ਤੁਸੀਂ ਤਾਂ ਚੜ੍ਹਦੀ ਕਲਾ ਚ ਰਹੋ। ਉਹਨਾਂ ਦਾ ਕੀ ਸ਼ੁਭ ਨਾਮ ਕੀ ਸੀ? ਉਹਨਾਂ ਦਾ ਅਮਰ ਸਿੰਘ ਸ਼ੇਰਪੁਰੀ ਸੀ, ਸ਼ੇਰਪੁਰੀ ਸਾਹਿਬ। ਇੱਕੋ ਹੀ ਗਾਣਾ ਗਾਇਆ ਉਹਨਾਂ ਦੇ ਨਾਲ ਤੁਸੀਂ ਜਾਂ ਹੋਰ ਵੀ ਕੋਈ ਗਾਣਾ ਗਾਇਆ? ਉਹ ਸਾਈਡ ਸੀ ਦੂਸਰੀ, ਉਹ ਮੈਨੂੰ ਯਾਦ ਨਹੀਂ ਹੁਣ। ਉਦੋਂ ਉਮਰ ਕਿੰਨੀ ਕੁ ਹੋਏਗੀ ਤੁਹਾਡੀ? ਆਹੀ ਬੇਵਕੂਫ ਦੀ ਉਮਰ ਸੀ 14-15।
14-15 ਸਾਲ ਮਤਲਬ ਇਸ ਖੇਤਰ ਦੇ ਵਿੱਚ ਪੈਰ ਧਰਾਵਾ ਤੁਸੀਂ 14-15 ਸਾਲ ਦੀ ਉਮਰ 'ਚ ਕਰ ਲਿਆ ਸੀ। ਉਦੋਂ ਪਹਿਲਾਂ ਵੀ ਨਿੱਕੀ ਜਿਹੀ ਗਾਈ ਜਾਂਦੀ ਸੀਗੀ, ਰੋਸ਼ਨ ਸਾਗਰ ਮੈਂ ਨੂਰੀ ਦੇ ਪਾਪਾ ਉਹ ਮੈਨੂੰ ਲੈ ਜਾਂਦੇ ਸੀਗੇ ਅਤੇ ਜਿੰਨੇ ਕੁ ਪੈਸੇ ਮਿਲਦੇ ਸੀ ਵਧੀਆ ਲਿਆਈ ਸੀ, ਮੁੜ ਪੁੱਠੀ 'ਚ ਪਾ ਕੇ ਪਰਸ ਵੀ ਨਹੀਂ ਸੁਣਦਾ ਉਦੋਂ, ਇੰਨੀ ਅਕਲ ਨਹੀਂ ਸੀ ਬੱਚਿਆਂ ਵਾਂਗੂ ਜਿਵੇਂ ਨਿਆਣਿਆਂ ਨੂੰ ਫਿਰ ਦੇ ਦਿੰਦਾ ਸੀ। ਵੈਸੇ ਗੱਲ ਸਵਾਲ ਹਾਸੇ ਵਾਲਾ ਨਹੀਂ, ਰਣਜੀਤ ਕੌਰ ਨੂੰ ਰਣਜੀਤ ਕੌਰ ਹੋਣ ਦੇ ਉੱਤੇ ਕਿੰਨਾ ਕੁ ਮਾਣ ਆ ਵੀ ਮੈਂ ਰਣਜੀਤ ਕੌਰ ਹਾਂ? ਨਹੀਂ ਮਾਣ ਤਾਂ ਹੈਗਾ, ਮਾਣ ਹੈਗਾ, ਮੇਰੇ ਸੁਣਨ ਵਾਲਿਆਂ ਨੂੰ ਮੇਰੇ 'ਤੇ ਮਾਣ ਆ, ਇੰਨਾ ਕੁ ਪਿਆਰ ਵੰਡਿਆ ਮੈਂ ਥੋੜ੍ਹਾ ਬਹੁਤ, ਜਿੰਨਾ ਜਿੰਨਾ ਮੈਂ ਗਾਇਆ ਜਿੰਨਾ ਕੋਲ ਗਾਇਆ ਉਹਨਾਂ ਕੋ ਮੈਨੂੰ ਉਹਦੀ ਅੱਖੀ ਕਹਿੰਦੇ ਹੁੰਦੇ ਆ ਪਿਆਰ ਮਿਲਿਆ, ਇੱਜ਼ਤ ਮਿਲੀ ਹੈ, ਸ਼ੁਕਰ ਹੈ ਮਾਲਕ ਦਾ ਸ਼ੁਕਰ, ਯਾਦ ਕਰਦੇ ਮੈਨੂੰ ਇੰਨਾ ਮਰ ਗਈ ਨਾ ਤਾਂ ਵੀ ਯਾਦ ਕਰਦੇ। ਨਹੀਂ ਤੁਹਾਡੀ ਲੰਬੀ ਉਮਰ ਹੋ ਗਈ, ਤੁਸੀਂ ਭਾਵੁਕ ਬਹੁਤ ਛੇਤੀ ਹੁੰਦੇ ਆ, ਇਹ ਕੀ ਗੱਲ ਆ? ਕੋਈ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ ਜਾਂ ਉਮਰ ਦੇ ਤਕਾਜ਼ੇ ਕਰਕੇ ਬੱਚਾ ਬਣ ਜਾ, ਹਰ ਬਜ਼ੁਰਗ ਬੱਚਾ ਵਾਂਗੂ ਹੋ ਜਾਂਦਾ ਅਤੇ ਤੁਸੀਂ ਬਹੁਤ ਛੇਤੀ, ਤੁਹਾਡੀਆਂ ਅੱਖਾਂ ਭਰਦੀਆਂ, ਤੁਸੀਂ ਰੋ ਕਿਉਂ ਪੈਂਦੇ ਆ ਭੈਣ ਜੀ? ਪਤਾ ਨਹੀਂ, ਮੈਂ ਤਾਂ ਪਾਠ ਕਰਦੀ ਵੀ ਰੋਣ ਲੱਗ ਜਾਂਦੀ, ਵੇਲਾ ਚੇਤੇ ਆਉਂਦਾ, ਵੇਲਾ ਵੀ ਚੇਤੇ ਆਉਂਦਾ ਅਤੇ ਆਪਣਾ ਸਮਾਂ ਵੀ। ਚਲੋ ਤੁਸੀਂ ਤਾਂ ਚੜ੍ਹਦੀ ਕਲਾ ਚਲੋ, ਤੁਸੀਂ ਸਾਨੂੰ ਰਵਾਰ ਦਿਲਾਂ ਦੇ ਵਿੱਚ ਵਸਦੇ ਹੋ ਤੁਸੀਂ ਪੰਜਾਬੀਆਂ ਦੇ। ਹਾਂ ਦਿਲਾਂ, ਦੇਖੋ ਗੱਲ ਇਹ ਭੈਣ ਜੀ ਵੀ ਪੈਸੇ ਤਾਂ ਬਹੁਤ ਲੋਕਾਂ ਕੋਲ ਹੁੰਦਾ, ਹੋ ਸਕਦਾ ਕੋਈ ਆਪਣਾ ਗੁਆਂਢੀ ਹੈ ਜਿਹੜਾ ਅਰਬਪਤੀ ਹੋਵੇ ਪਰ ਉਹਨੂੰ ਨਾਲ ਦਾ ਗੁਆਂਢੀ ਨਹੀਂ ਜਾਣਦਾ, ਅਤੇ ਤੁਹਾਨੂੰ ਦੁਨੀਆਂ ਦੇ ਵਿੱਚ ਵਸਦਾ ਇਕੱਲਾ ਇਕੱਲਾ ਪੰਜਾਬੀ ਜਾਣਦਾ, ਤੁਹਾਡੇ ਪਰਸ ਬਾਰੇ ਥੋੜ੍ਹੀ ਕਿਸੇ ਨੂੰ ਪਤਾ ਵੀ ਕੀ ਇਹਦੇ 'ਚ। ਓਹ ਸਹੀ ਗੱਲ ਹੈ। ਵੈਸੇ ਕਦੀ ਸ਼ੀਸ਼ੇ ਮੂਹਰੇ ਖੜ ਕੇ ਮਾਣ ਜਾ ਤਾਂ ਹੁੰਦਾ ਹੋਊਗਾ ਵੀ ਮੈਂ ਉਹ ਰਣਜੀਤ ਕੌਰ ਹਾਂ ਜਿਹਨੂੰ ਵੇਖਣ ਲਈ ਲੋਕ ਤਰਸਦੇ ਹੁੰਦੇ ਸੀ, ਜਿਹਨੂੰ ਸੁਣਨ ਲਈ ਲੋਕ ਤਰਸਦੇ ਹੁੰਦੇ। ਸਹੀ ਗੱਲ, ਸਹੀ ਗੱਲ, ਹਾਲੇ ਵੀ ਜਿੱਥੇ ਜਾਂਦੀ ਹਾਂ ਨਾ ਬਹੁਤ, ਹਾਲੇ ਵੀ ਤੁਰਿਆ ਜਾਂਦਿਆਂ ਨੂੰ ਲੋਕ ਪਛਾਣ ਲੈਂਦੇ ਆ ਵੀ ਉਹ ਜਾਣ ਲੈਂਦੇ, ਪਛਾਣ ਲੈਂਦੇ ਆ, ਅਤੇ ਮੈਂ ਕਹਿੰਦੀ ਹਾਏ ਹਾਏ ਹੁਣ ਤਾਂ ਸ਼ਕਲ ਵੀ ਉੱਦਾਂ ਦੀ ਨਹੀਂ ਰਹੀ, ਹਾਲੇ ਹੁਣ ਹੀ ਪਛਾਣ ਲੈਂਦੇ, ਅਤੇ ਬਹੁਤ ਮਾਣ ਵੀ ਹੁੰਦਾ ਵੀ ਹੈ ਹਾਲੇ ਤੱਕ ਚੱਲ ਯਾਦ ਰੱਖੀ ਹੋਈ ਮੇਰੀ ਸ਼ਕਲ। ਭੈਣ ਜੀ ਜੇ ਤੁਸੀਂ ਹੁਣ ਰੋਏ ਨਾ ਮੈਂ ਨਾਲ ਦੇ ਨਾਲ ਕੋਈ ਨਾ ਕੋਈ ਐਸੀ ਗੱਲ ਕਿਹਾ ਕਰਨੀ ਹੈ ਤਾਂ ਤੁਸੀਂ ਰੋ ਕੇ ਦਿਖਾਓ ਮੈਨੂੰ। ਮੈਂ ਤਾਂ ਤੇਰੀ ਪੰਜਾਬ ਵਾਲੀ, ਅਸੀਂ ਨਾ ਪਹਿਲਾਂ ਗੱਲਬਾਤ ਕਰਨ ਲੱਗ ਗਏ ਅਤੇ ਭੈਣ ਜੀ ਰੋਣ ਲੱਗ ਪਏ, ਮੈਂ ਕਿਹਾ ਭੈਣ ਜੀ ਨੂੰ ਥੋੜ੍ਹਾ ਜਿਹਾ ਹਸਾ ਗਏ ਆਪਾਂ, ਪਤਾ ਨਹੀਂ ਕਿਉਂ ਆਉਂਦੇ ਆ। ਇੱਕ ਬੰਦਾ ਮੈਂ ਕਿਹਾ ਜੀ ਪੁੱਠੀ ਸਿੱਧੀ ਜੀ ਗੱਲ ਸੱਚੀ ਮੁੱਚੀ ਕੰਗਾਂ ਦੀ ਆਦਤ ਹੁੰਦੀ ਟੁੱਚੜੀ ਲਾਉਣ ਦੀ, ਥੋੜ੍ਹੀ ਹੁੰਦਾ ਥੋੜ੍ਹੀ ਹੁੰਦਾ ਐਂ ਜੇ ਕਰਨੀ, ਮੈਂ ਕਿਹਾ ਵੀ 50,000 ਅਤੇ 50,000 ਕਿੰਨੇ ਹੁੰਦੇ, ਕਹਿੰਦਾ ਲੱਖ, ਮੈਂ ਕਿਹਾ ਇਸੇ ਦੀ ਲਾਂਤ ਵਿਆਜ ਪਾਲਣਾ ਲੈਂਦਾ ਅਗਲੇ। ਸਹੀ ਗੱਲ, ਸਦੀਕ ਸਾਹਿਬ ਅਤੇ ਤੁਹਾਡਾ ਵੇਲਾ ਜਿਹੜਾ ਉਹ ਪੰਜਾਬੀਆਂ ਨੂੰ ਕਦੇ ਭੁੱਲਣਾ ਨਹੀਂ, ਤੁਸੀਂ ਤਾਂ ਮੇਰੇ ਖਿਆਲ ਵੀ 3-3 ਪੀੜ੍ਹੀਆਂ ਦੇ ਵਿੱਚ ਵੀ ਜਾ ਕੇ ਗਾਇਆ। ਰੱਬ ਨੇ ਤੌਫੀਕ ਦਿੱਤੀ ਸੀ, ਤਾਕਤ ਦਿੱਤੀ ਸੀ, ਗਾਇਆ ਦਿੱਤੀ ਹੋਈ ਆ ਹੁਣ ਵੀ, ਕੁਛ ਸ਼ੁਕਰ ਹੈ ਮਾਲਕ ਦਾ ਸ਼ੁਕਰ। ਮੇਲ ਕਿਵੇਂ ਹੋਇਆ ਸੀ ਪਹਿਲੀ ਵਾਰ ਕਦੋਂ ਅਤੇ ਕਿਵੇਂ ਮਿਲੇ ਸੀ? ਮੇਲ ਆਰਟਿਸਟਾਂ ਦੇ ਹੁੰਦੇ ਹੀ ਰਹਿੰਦੇ ਆ, ਅਤੇ ਇਹ ਜਿਹੜੀ ਸਾਡੀ ਪਾਰਟੀ ਬਣੀ ਜਦੋਂ ਮੈਂ HMV ਉਹੀ ਆਹੀ ਪਹਿਲਾ ਗੀਤ ਗਾਉਣ ਗਈ ਹੋਈ ਸੀ ਉੱਥੇ, ਹਾਂਜੀ ਹਾਂ, ਮਾਹੀ ਵੇ ਮਾਹੀ ਭੱਗ ਚੜ੍ਹ ਗਈ, ਉਹ ਵੈਸੇ ਗੀਤ ਬੜਾ ਲੱਕੀ ਨਿਕਲਿਆ, ਟੌਪ 'ਤੇ ਆਇਆ ਉਹ,
ਜਿਹੜਾ ਟ੍ਰੇਡ ਗਾਈਡ ਨਿਕਲਦਾ ਹੁੰਦਾ ਚਮੀ ਦਾ, ਉਹਦੇ 'ਚ ਇੱਕ ਮੈਗਜ਼ੀਨ ਨਿਕਲਦਾ ਸੀ, ਉਹਦੇ 'ਚ ਟੌਪ 'ਤੇ ਆਇਆ। ਕਿਸੇ ਨੂੰ ਨਹੀਂ ਸੀ ਪਤਾ ਕਿਹੜੀ ਰਣਜੀਤ ਕੌਰ ਕਿੱਥੇ ਰਹਿੰਦੇ ਆ ਕੀ ਨਹੀਂ। ਉਹਦੇ 'ਚ ਜਦੋਂ ਆਇਆ ਨਾ, ਜਦੋਂ ਸਾਰੇ ਆਰਟਿਸਟਾਂ ਨੂੰ ਉਦੋਂ ਪਤਾ ਲੱਗ ਗਿਆ, ਉਸਦੇ ਉਸ ਟਾਈਮ ਦੇ ਜਿਹੜੇ ਮਤਲਬ ਸੀਨੀਅਰ ਸੀਗੇ, ਅਤੇ ਉਹ ਕਹਿਣੇ ਇਹ ਕੌਣ ਕੁੜੀ ਹੈ, ਇਹ ਕੌਣ ਕੁੜੀ ਹੈ। ਨਾ ਅਸੀਂ ਕਦੇ ਪ੍ਰੋਗਰਾਮ ਕੀਤੇ ਸੀ ਨਾ ਕੁਛ। ਅਤੇ ਫਿਰ ਸਾਨੂੰ ਲੋਕਾਂ ਨੇ ਸਲਾਹ ਦਿੱਤੀ ਵੀ ਤੁਹਾਡਾ ਜੋ ਰਿਕਾਰਡ ਕਰਾਇਆ ਹੈ, ਅਸੀਂ ਉੱਥੇ ਸਦੀਕ ਸਾਹਿਬ ਮਿਲੇ ਸੀ, ਉਹਨਾਂ ਨੇ ਆਹ ਜਿਹੜਾ ਨੰਬਰ ਬੋਲਦੇ ਨਾ, ਪਹਿਲਾ ਨੰਬਰ ਜਿਹੜਾ ਬੋਲਦੇ ਰਿਕਾਰਡ ਨੰਬਰ ਹੁੰਦਾ ਉਹਨਾਂ ਕੰਪਨੀ ਵਾਲਿਆਂ ਦਾ, ਅਤੇ ਉਹ ਜਦੋਂ ਬੋਲਿਆ ਨਾ ਅਤੇ ਭਾਅ ਜੀ ਨੇ ਉਹ ਨੰਬਰ ਲੱਕੀ ਨਿਕਲੇ ਵੈਸੇ ਭਾਅ ਜੀ ਸਾਡੇ ਵਾਸਤੇ, ਅਤੇ ਉਹ ਰਿਕਾਰਡ ਬਹੁਤ ਚੱਲਿਆ, ਟ੍ਰੇਡ ਗਾਈਡ 'ਚ ਆਇਆ, ਸਾਰੇ ਆਰਟਿਸਟਾਂ ਨੂੰ ਪਤਾ ਲੱਗਿਆ, ਲੋਕਾਂ ਨੇ ਸੁਣਿਆ। ਜਦੋਂ ਫਿਰ ਗੀਤ ਹਲੇ 6 ਕੁ ਮਹੀਨੇ ਲੱਗ ਜਾਂਦੇ ਗੀਤ ਰਿਕਾਰਡ ਕਰਾਏ ਨੂੰ, ਉਸ ਤੋਂ ਬਾਅਦ ਰਿਲੀਜ਼ ਹੁੰਦਾ। ਉਸ ਤੋਂ ਬਾਅਦ ਜਦੋਂ ਰਿਕਾਰਡ ਕਰਾ ਕੇ ਆਏ, ਸਾਨੂੰ ਜਿਹਨਾਂ ਲੋਕਾਂ ਨੇ ਸਲਾਹ ਦਿੱਤੀ ਜੇ ਜੇ ਤੁਸੀਂ ਸਟੇਜਾਂ 'ਤੇ ਗਾਓਗੇ ਤਾਂ ਤੁਹਾਡਾ ਰਿਕਾਰਡ ਚੱਲੂਗਾ, ਨਹੀਂ ਤਾਂ ਅਦਰਵਾਈਜ਼ ਕੌਣ ਜਾਣਦਾ ਕਿਸੇ ਨੂੰ। ਅਤੇ ਖੈਰ ਕੁਦਰਤੀ ਭਾਅ ਜੀ ਦਾ ਜਿਹਨਾਂ ਨੂੰ ਗਾਉਂਦੇ ਸੀਗੇ ਉਹਨਾਂ ਦਾ ਸੈੱਟ ਸੀ, ਤੋਂ ਅਪਸੈਟ ਹੋ ਗਿਆ ਕਿਸੇ ਗੱਲ ਤੋਂ। ਹਾਂ ਉਹ ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਸੀ ਅਕਲ ਉਦੋਂ ਵੀ ਕੌਣ ਕਿਹਦਾ ਬਣ ਗਿਆ, ਕੀ ਕਿਹਦੇ ਇੱਦਾਂ ਹੋਈ ਪ੍ਰੋਬਲਮ। ਅਤੇ ਮੇਰੇ ਡੈਡੀ ਨਾ ਬਸ ਚਲੇ ਗਏ ਸੀ ਭਾਅ ਜੀ ਕੋਲ ਵੀ ਇੱਦਾਂ ਦੱਸ ਮੇਰੀ ਕੁੜੀ ਗਾਉਂਦੀ ਹੈ, ਇੱਦਾਂ ਨਵੀਂ ਹੈ ਵੀ ਜੇ ਤੁਸੀਂ ਗਾ ਲਓ। ਭਾਅ ਜੀ ਨੇ ਭਾਅ ਜੀ ਨੂੰ ਯਾਦ ਆ ਗਿਆ ਵੀ ਹਾਂ ਮੈਂ ਹੀ ਰਿਕਾਰਡਿੰਗ ਕਰਾਈ ਸੀ ਉੱਥੇ ਸੀ, ਵੀ ਆਵਾਜ਼ ਤਾਂ ਚੰਗੀ ਹੈ, ਸਕੇਲ ਅੱਛਾ। ਅਤੇ ਉੱਥੇ ਫਿਰ ਡੈਡੀ ਨਾਲ ਗੱਲਬਾਤ ਹੋਈ, ਪਹਿਲੇ ਦਿਨ ਤਾਂ ਸਦੀਕ ਭਾਅ ਜੀ ਮਿਲੇ ਨਹੀਂ ਘਰ ਆਪਣੇ ਪਿੰਡ, ਫਿਰ 2-3 ਦਿਨਾਂ ਬਾਅਦ ਡੈਡੀ ਨੂੰ ਮਾੜਾ ਜਿਹਾ ਵੇਲ ਮਿਲਿਆ, ਫਿਰ ਡੈਡੀ ਚਲੇ ਗਏ। ਮੇਰਾ ਡੈਡੀ ਇਸ ਗੱਲੋਂ ਬਹਾਦਰ ਸੀ, ਗੱਲ ਗੁੱਲ ਕਰਨ ਲੱਗਿਆ ਅਤੇ ਝਿਜਕਦੇ ਨਹੀਂ ਸੀਗੇ ਉਹ। ਫਿਰ ਜਾ ਕੇ ਫਿਰ ਕੁਦਰਤੀ ਭਾਅ ਜੀ ਨੇ ਹਾਂ ਕਰਦੀ, ਕਹਿੰਦੀ ਮੈਂ ਦੇਖੂੰਗਾ, ਚਲੋ ਆ ਗਏ ਭਾਅ ਜੀ। ਫੈਸਲਾ ਕੀਤੀ ਹੈ ਇੱਕ ਹਫ਼ਤੇ 'ਚ, ਹਫ਼ਤੇ 'ਚ ਮੈਂ ਟ੍ਰੇਨਡ ਹੋ ਗਈ, ਗਾਣੇ ਤਿਆਰ ਹੋ ਗਏ, ਦਿਮਾਗ ਠੀਕ ਆ, ਨਵਾਂ ਜਿਹਾ ਬਚਪਨ ਆ ਗਿਆ, ਪਾਰਟੀ ਬਣ ਗਈ। ਤੇ ਤੁਹਾਡਾ ਦੋਵਾਂ ਦਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਤੁਹਾਡਾ ਤੇ ਸਦੀਕ ਸਾਹਿਬ ਦਾ? ਉਹ ਸੀ ਉਹ ਗਾਣਾ ਸੀ ਤੇਰਾ ਲੈਣ ਮੁਕਲਾ ਵਾਨੀ ਆਇਆ ਬੱਲੀਏ ਨੀ ਮੈਂ ਲੈ ਕੇ ਜਾਣਾ, ਮੈਂ ਨਹੀਂ ਜਾਣਾ ਬਿਨਾਂ ਸੱਦਿਓ ਬੁਲਾਇਓ ਵੀ ਤੂੰ ਆਇਓ ਜ਼ਾਲਮਾ ਵੀ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ। ਏਦਾਂ ਲੱਗੀ ਸੀ ਇੱਕ ਇਹਦਾ ਦੂਸਰੀ ਸਾਈਡ ਸੀ ਜਿਹੜੀ ਜੇ ਤੂੰ ਸੁਣਿਆ ਰੇ ਕੋਲੋਂ ਨੱਤੀਆਂ ਕੜਾਉਣੀਆਂ ਮੁੰਦਰੀ ਚ ਨਗ ਜੜਵਾ ਦੇ ਹਾਣੀਆਂ, ਮੈਨੂੰ ਚਾਂਦੀ ਦੀਆਂ ਝਾਂਜਰਾਂ ਕੜਾ ਦੇ ਹਾਣੀਆਂ, ਮੈਨੂੰ ਚਾਂਦੀ ਦੀਆਂ। ਹਾਂ ਇਹ ਗੀਤ ਸੀ ਇੱਕ, ਦੋ ਹੋ ਗਏ, ਦੋ ਹੋਰ ਸੀ ਮੇਰੇ ਖਿਆਲ ਸਦੀਕ ਭਾਅ ਜੀ ਨੂੰ ਕਿਹਾ ਵੀ ਕਿਸੇ ਨੇ ਉੱਥੇ ਜਿਹੜੇ ਹੁੰਦੇ ਮੈਨੇਜਰ ਵਗੈਰਾ ਵੀ ਦੋ ਗੀਤ ਗਾ ਲਾ ਨਵੀਂ ਕੁੜੀ ਆ ਵੀ, ਅਤੇ ਹਲੇ ਰਿਕਾਰਡ ਆਇਆ ਨਹੀਂ ਸੀ ਸਾਡਾ ਅੱਜ ਕੱਲ੍ਹ, ਨਹੀਂ ਭਾਅ ਜੀ ਦੀ ਬਹੁਤ ਚੱਲਦੀ ਸੀ ਉੱਥੇ, ਅਤੇ
ਫਿਰ ਅਸੀਂ ਕਿਰਾਇਆ ਕੀਤਾ ਸੀਗਾ। ਨੀ ਲਿਆ ਕੇ ਲੈ ਗਿਆ ਦੂਰ ਖਚਰਾ ਨੀ ਸੁੱਤੀ ਪਈ ਦੇ ਕੰਨਾਂ ਚੋਂ ਵਾਲੇ, ਨੀ ਲਿਆ ਕੇ ਲੈ ਗਿਆ ਦਿਓਰ ਖਚਰਾ ਸੁੱਤੀ ਪਈ ਦੇ ਕੰਨਾਂ ਚੋਂ ਵਾਲੇ, ਨੀ ਪੰਦਰਾਂ ਨੂੰ ਥੁੱਕ ਲਾ ਗਿਆ ਨੀ ਮੇਰੇ ਵੇਚ ਕੇ ਸਲੀ ਪਰ ਕਾਲੇ, ਨੀ ਭਾਬੀਏ ਪਰਿੰਡ ਲੱਗੀ ਨੀ ਤੈਥੋਂ ਨਖਰੇ ਨਾ ਜਾਣ ਸੰਭਾਲੇ। ਪਤਾ ਨੀ ਇਹਦਾ ਸੀ ਅੱਗੇ, ਹਾਂ ਮੈਨੂੰ ਯਾਦ ਨੀ ਹੁਣ, ਗਾਣੇ ਚ ਗੱਲਬਾਤ ਸੀ ਨਹੀਂ ਤੁਹਾਡੇ ਚ ਵੀ ਪੂਰੀ ਗੱਲਬਾਤ ਹੈ। ਅੱਛਾ, ਫਿਰ ਸਦੀਕ ਸਾਹਿਬ ਨੇ ਕਿਹਾ ਗੁੱਡੂ ਖਿੱਚ ਕੇ ਰੱਖਣਾ। ਅਸਲ ਵਿੱਚ ਸਦੀਕ ਸਾਹਿਬ ਭੈਣ ਜੀ ਰਣਜੀਤ ਕੌਰ ਹੋਰਾਂ ਨੂੰ ਸਤਿਕਾਰ ਨਾਲ ਪਿਆਰ ਨਾਲ ਗੁੱਡੋ ਕਰਕੇ ਸੰਬੋਧਨ ਕਰਦੇ ਹੁੰਦੇ ਸਨ ਤੇ ਹਨ। ਖਿੱਚ ਕੇ ਰੱਖਣਾ ਹੁਣ ਖੋਲਿਆਂ ਵਾਲਾ ਗੀਤ ਪਹਿਲਾਂ ਗਾਉਣਾ ਆਪਾਂ। ਅੱਜ ਟੈਣਾ ਸਾਹਿਬ ਤੁਹਾਡੇ ਨਾਲ ਗੀਤ ਗਾਉਣਗੇ। ਹਾਂ ਅੱਛਾ, ਹਾਂ ਪੂਰਾ ਖਿੱਚ ਕੇ ਰੱਖਣਗੇ। ਅੱਛਾ ਆਪਾਂ ਪਾਰਟੀ ਬਣਾ ਲੈਣੇ ਹੈ ਗੱਲਬਾਤ ਗੱਲਬਾਤ ਇੱਧਰ ਕੰਮ ਚੱਲੇ ਨਾ ਤੇ ਪ੍ਰੋਗਰਾਮ ਮੇਰੇ ਛੁੱਟ ਜਾਣ ਤੇ ਮੈਂ ਕੋਈ ਨਵਾਂ ਸੈਟ ਬਣਾਉਣਾ ਨਾ ਸੈਟ ਹੋ ਜੇ ਫਿਰ ਤੇ ਮੇਰੀ ਇੰਟਰਵਿਊ ਕਰਨ ਆਵੇ। ਅੱਛੀ ਰੋਟੀ ਚੱਲਦੀ ਸੀ ਚੰਗੇ ਸਾਰੇ ਉਹ ਨਾ ਆਰਟਿਸਟ ਕਿਉਂਕਿ ਫਿਰ ਆ ਵੀ ਸੈਟ ਅਪ ਸੈਟ ਹੋ ਜਾਣਾ ਤੇਰਾ ਤਾਂ ਮੇਰਾ ਵੀ ਹੋ ਜੇ ਵਾਏ ਮੈਨੂੰ ਪੇਰੈਂਟਸ ਵੱਲੋਂ ਕੋਈ ਦਿੱਕਤ ਨੀ ਹੋਈ, ਮੇਰੇ ਮੰਮਾ ਵੀ ਕਹਿੰਦੇ ਗਾਲਵੇ ਵਧੀਆ। ਪਤਾ ਨੀ ਕਿਹਾ ਨੀ ਕੁਛ, ਮੈਨੂੰ ਤਾਂ ਕੁਛ ਨੀ ਕਿਹਾ ਫਲਾਣੇ ਦਾ ਰੈਪ ਬਹੁਤ ਚੱਲਦਾ, ਫਲਾਣੇ ਦਾ ਪੌਪ ਬਹੁਤ ਚੱਲਦਾ, ਮੈਨੂੰ ਜਿਹੜੀ ਜੋੜੀ ਚੱਲਦੀ ਸੀ ਇਹਦੇ ਵਰਗਾ ਕੀ ਚੱਲ ਸਕਦਾ, ਜਿਹੜੀ ਤੁਹਾਡੀ ਜੋੜੀ ਚੱਲਦੀ ਰਹੀ ਆ ਉਹਦੇ ਵਰਗਾ ਕੁਛ ਨੀ ਚੱਲਦਾ। ਖਾਸ ਤੌਰ ਤੇ ਜਿਹੜਾ ਦੋਵਾਂ ਦਾ ਅੰਦਾਜ਼, ਤੁਹਾਡੀ ਆਵਾਜ਼ ਦਾ ਟੈਕਸਚਰ ਦੂਰੋਂ ਹੀ ਪਛਾਣ 'ਚ ਆ ਜਾਂਦੀ ਹੈ ਵੀ ਇਹ ਕੌਣ ਗਾ ਰਿਹਾ, ਤੇ ਸਦੀਕ ਸਾਹਿਬ ਦਾ ਉਹ ਗੀਤ ਤੋਂ ਪਹਿਲਾਂ ਬੋਲੇ ਗਏ ਬੋਲ, ਕੀ ਬਾਤ ਹੈ, ਉਹ ਅੰਦਾਜ਼ ਭੂਮਿਕਾ ਬੰਨ ਦਿੰਦੇ ਜੀ, ਗੀਤ ਦੀ ਦੁੱਗਣਾ ਅਸਰ ਚੌਗਣਾ ਅਸਰ ਪੈ ਜਾਂਦਾ ਜੀ। ਕੁਛ ਆਪਣੀ ਵੀ ਤਾਂ ਦੀ ਗੱਲ ਬਾਤ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਦੇਖੋ ਜੇ ਦੋ ਜਣੇ ਦੀ ਨਿਭਦੀ ਹੈ ਨਾ, ਹਾਂਜੀ ਹਾਂਜੀ ਹਾਂਜੀ, ਉਹ ਦੋਵੇਂ ਜਣਿਆਂ ਦਾ ਯੋਗਦਾਨ ਹੁੰਦਾ ਕਿਸੇ ਇੱਕ ਦਾ ਨੀਗਾ, ਸਹੀ ਇੱਕ ਨਹੀਂ, ਇਹ ਟੀਮ ਵਰਕ ਹੈ, ਟੀਮ ਵਰਕ ਆ, ਇੱਕ ਗਾਣਾ ਸਹੀ ਹੋ ਗੀਤ ਲਿਖਿਆ ਹੋਵੇ ਸੀ, ਸਾਡੀ ਟੀਮ ਕੁਦਰਤ ਵੱਲੋਂ ਹੀ ਬਣ ਗਈ ਸੀਗੀ ਵੀ ਆਵਾਜ਼ ਅੱਛੀ ਸੀ, ਥੋੜ੍ਹਾ ਜਿਹਾ ਮਾਨ ਸਾਹਿਬ ਦੇ ਗੀਤ ਅੱਛੇ ਸੀ, ਬਾਬਾ ਸਿੰਘ ਮਾਨ ਹੋਰਾਂ ਦੇ ਕੁਛ, ਫਿਰ ਆਰਟਿਸਟ ਸਾਡੇ ਹੋਰ ਆਏ ਸਾਡੇ ਵਿੱਚ ਰਾਈਟਰ, ਅਤੇ ਇੱਦਾਂ ਕਰਕੇ ਇੱਕ ਟੀਮ ਕੁਦਰਤੀ ਬਣਦੀ ਹੈ, ਕੋਈ ਬਣਾਇਆ ਨਹੀਂ ਬਣਦੀ। ਬਾਬੂ ਸਿੰਘ ਮਾਨ ਦੇ ਗੀਤ ਸਦੀਕ ਸਾਹਿਬ ਤੇ ਰਣਜੀਤ ਕੌਰ ਦੀ ਆਵਾਜ਼ ਤਾਂ ਕਮਾਲ ਹੀ, ਬਹੁਤ ਕਮਾਲ ਲੱਗਦੀ ਸੀ ਲੋਕਾਂ ਨੂੰ, ਬਹੁਤ ਹੀ ਬਹੁਤ ਹੀ।
ਵਧੇ ਵਧੀਆ ਲੱਗਦਾ, ਬਹੁਤ ਹੀ ਕਮਾਲ ਦੀ ਗੱਲਬਾਤ ਬਣ ਗਈ। ਤੁਸੀਂ ਤਾਂ ਗੱਡਿਆਂ ਦੇ ਉੱਤੇ ਖੜ ਕੇ ਗਾਉਂਦੇ ਰਹੇ ਹੋ ਤੁਸੀਂ, ਹੁਣ ਤਾਂ ਚਲੋ ਗੱਡੀਆਂ ਵਾਲਾ ਵੇਲਾ, ਗੱਡਿਆਂ ਦੇ ਉੱਤੇ ਖੜ ਕੇ ਸਟੇਜਾਂ ਲਾਈਆਂ। ਸਹੀ ਗੱਲ ਹੈ, ਗੱਡਿਆਂ ਦੇ ਪਿੱਪਲਾਂ ਦੇ ਥੱਲੇ ਇੱਕ ਉਹ ਗਾਣਾ ਹੁੰਦਾ ਸਾਡਾ ਸੀ, ਸਿਖਰ ਦੁਪਹਿਰ ਪਿੱਪਲੀ ਦੇ ਥੱਲੇ ਮੈਂ ਝਾਂਜਰ ਛਣਕਾਈ, ਇਹ ਗਾਣਾ ਹੁੰਦਾ ਸੀ, ਇੱਕ ਪਿੱਪਲ ਦੀ ਛਾਂ ਹੁੰਦੀ ਸੀ, ਬੜਾ ਸੋਹਣਾ ਐਟਮੋਸਫੀਅਰ ਬਣਦਾ ਤੇ ਪਿੱਪਲ ਨੂੰ ਪੱਤਿਆਂ ਤੋਂ ਵੱਧ ਲੋਕ ਲੱਗੇ ਹੁੰਦੇ ਸੀ। ਚਬਾਰਿਆਂ ਦੇ ਉੱਪਰ ਖੜ ਕੇ ਤੇ ਮਤਲਬ ਕਿਤੇ ਮੈਂ ਕਹਿੰਦੀ ਤਿਲ ਸਿੱਟਣ ਨੂੰ ਥਾਂ ਨਾ ਹੋਣੀ, ਉਹ ਨਹੀਂ ਹੁਣ ਗੱਲਾਂ ਬਾਤਾਂ ਤਾਂ ਐਂ ਸੁਪਨਾ ਹੀ ਹੋ ਗਈਆਂ। ਹੁਣ ਤਾਂ ਨਾਲ ਦੇ ਪੈਲਸ 'ਚ ਕੌਣ ਗਾਈ ਜਾਂਦਾ ਪਤਾ ਹੀ ਨਹੀਂਗਾ, ਪਤਾ ਹੀ ਨਹੀਂ ਲੱਗਦਾ, ਜਿੱਥੇ ਜਿਹੜੇ ਬੈਠੇ ਬੈਠੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਬੋਲ ਰਹੇ, ਨਹੀਂ ਨਿੰਦਣਾ ਤਾਂ ਨਹੀਂ ਚਾਹੀਦਾ ਕਿਸੇ ਨੂੰ, ਤੌਬਾ ਤੌਬਾ, ਮਤਲਬ ਬਾੜੀ ਗਿਆ ਉੱਦਾਂ ਦਾ, ਲੋਕ ਤਰਸਣਗੇ ਉਸ ਪ੍ਰੋਗਰਾਮ ਉਹਨਾਂ ਪ੍ਰੋਗਰਾਮਾਂ ਨੂੰ, ਉਹਨਾਂ ਐਟਮੋਸਫੇਅਰ ਨੂੰ, ਬਾਹਰ ਬਹਿ ਕੇ ਥਾਂ ਮਿਲਣੀ ਥਾਂ ਅਤੇ ਇੱਟ ਮਿਲਣੀ ਇੱਟ 'ਤੇ ਬਹਿ ਕੇ ਅਗਲਿਆਂ ਨੇ ਸੁਣਨਾ, ਕੁਰਸੀਆਂ ਤਾਂ ਦੂਰ ਦੀ ਗੱਲ ਸੀ। ਹੁਣ ਤਾਂ ਇੱਟ ਮਾਰਨ ਨੂੰ ਫਿਰਦੇ ਆ, ਹੁਣ ਤਾਂ ਇੱਟ ਮਾਰਨ ਨੂੰ ਫਿਰਦੇ, ਕਹਿੰਦੇ ਥੱਲਿਓਂ ਕੱਢ ਕੇ ਨਾ ਮਰ ਗਏ, ਪਤਾ ਨਹੀਂ ਕਈ ਕਿਲੋਮੀਟਰ ਦੂਰ ਤੱਕ ਲੋਕ ਇੰਤਜ਼ਾਰ ਕਰਦੇ ਹੁੰਦੇ। ਹਾਂ ਉਹ ਅੱਛਾ ਲੱਗਦਾ ਸੀ, ਪਤਾ ਨਹੀਂ ਅਸੀਂ ਦੇਖਦੇ ਸੀ ਉਹਨਾਂ ਨੂੰ ਕਿ ਇੰਨੀ ਇੰਨੀ ਦੂਰ ਦੂਰ ਆਡੀਅੰਸ ਹੁੰਦੀ ਸੀ, ਦੇਣਾ ਨਹੀਂ ਦੇ ਸਕਦੇ ਪੰਜਾਬ ਧਰਤੀ। ਕਿੰਨੇ ਸਾਲ ਭੈਣ ਜੀ ਤੁਸੀਂ ਇਕੱਠੇ ਰਹੇ ਹੋ ਅੰਦਾਜ਼ਾ? 35-36 ਸਾਲ। 35-36 ਸਾਲ ਬਹੁਤ ਲੰਮਾ ਸਫ਼ਰ ਆ ਜ਼ਿੰਦਗੀ ਦਾ। ਜਦੋਂ ਮੂੰਹ ਮੱਥੇ ਵੀ ਚੰਗੇ ਹੁੰਦੇ ਸੀ ਸਾਡੇ, ਹੁਣ ਵੀ ਵਧੀਆ ਹੀ ਆ, ਹੁਣ ਨਹੀਂ, ਸਾਡੀਆਂ ਮਾਵਾਂ ਦੇ ਭੈਣਾਂ ਦੇ ਸਤਿਕਾਰਯੋਗ ਦੇ ਕਦੇ ਮੂੰਹ ਮੱਥੇ ਥੋੜ੍ਹੀ ਵਿਗੜ ਸਕਦੇ ਆ। ਹਾਂ ਨਹੀਂ ਉਹ ਤੁਹਾਡੀ ਨਜ਼ਰ 'ਚ ਸ਼ੁਕਰ ਹੈ ਆਪਣੇ ਆਪ 'ਚ ਤਾਂ ਘਾਟ ਮਹਿਸੂਸ ਹੁੰਦੀ ਹੈ। ਪਰ ਜਦੋਂ ਪਹਿਲੀ ਵਾਰ ਸਦੀਕ ਸਾਹਿਬ ਨਾਲ ਗਾਇਆ ਉਸ ਤੋਂ ਉਸ ਵੇਲੇ ਸੋਚਿਆ ਸੀ ਵੀ ਇਹ ਸਫ਼ਰ 3 ਦਹਾਕਿਆਂ ਤੋਂ ਵੱਧ ਦਾ ਹੋਊਗਾ, ਇੰਨਾ ਲੰਮਾ ਸਫ਼ਰ ਕਿੱਥੇ ਜਾਵਾਂਗੇ? ਨਾ ਚੇਤੇ ਵੀ ਨਹੀਂ ਸੀ, ਬਸ ਗਾ ਲੈਂਦੇ ਸੀ ਇੰਨਾ। ਮੈਂ ਕਹਿੰਦੀ ਪਹਿਲੇ ਆਰਟਿਸਟ ਥੋੜ੍ਹੇ ਭੋਲੇ ਹੁੰਦੇ ਸੀ, ਨਾ ਤਾਂ ਬਿਜ਼ਨਸਮੈਨ ਹੁੰਦੇ ਸੀ, ਨਾ ਉਹਨਾਂ ਦਾ ਮਾਇੰਡ ਉੱਦਾਂ ਦਾ ਹੁੰਦਾ ਸੀ। ਅਸੀਂ ਤਾਂ ਐਵੇਂ ਕਈ ਵਾਰੀ 250-300 ਰੁਪਈਏ ਪਿੱਛੇ ਉਹ ਜਾ ਆਉਣਾ, ਅਗਲਿਆਂ ਨੂੰ ਕਮਾ ਕੇ ਦੇ ਦੇਣੇ, ਉਹਨਾਂ ਨੇ ਉਹਨਾਂ ਪੈਸਿਆਂ 'ਚੋਂ ਹੀ ਗਿਣ ਕੇ ਸਾਨੂੰ ਦੇ ਦੇਣੇ। ਫਿਰ ਉਸ ਤੋਂ ਬਾਅਦ ਔਖਾ ਹੋਇਆ ਸਾਨੂੰ, ਐਂ ਲੱਗਣਾ ਸਾਨੂੰ ਕੱਟ ਦਿੱਤੇ ਇਹਨਾਂ ਨੇ ਵੀ ਇੰਨੇ ਗਾਇਆ ਸੀ। ਫਿਰ ਮੇਰੇ ਡੈਡੀ ਨੇ ਫਿਰ ਕਹਿੰਦੇ ਵੀ ਪੇਮੈਂਟ ਆਪਾਂ ਭਾਈ ਪਹਿਲਾਂ ਲਿਆ ਕਰੀਏ। ਫਿਰ ਕਿਤੇ ਕਹਿੰਦਾ ਮਾਮਾ ਕਿਤੇ ਗਿਆ ਹੋਇਆ, ਕਿਤੇ ਉਹ ਹੋਇਆ ਹੋਇਆ, ਕਿਤੇ ਜਿਹਦੇ ਕੋਲ ਪੇਮੈਂਟ ਆ, ਜਿਹਦੇ ਕੋਲ ਸੰਦੂਕ ਦੀ ਚਾਬੀ ਹੈ, ਉਹ ਝੋਲੇ ਵਾਲੇ ਨੇ ਕਿਤੇ ਹੋਰ ਹੀ ਟਿੰਬ ਜਾਣਾ। ਹਾਂ ਉਹ ਇੱਦਾਂ ਵੀ ਹੋਇਆ ਸਾਡੇ ਨਾਲ ਕਈ ਵਾਰੀ। ਅੱਛਾ ਮਤਲਬ ਉਹਨਾਂ ਵੇਲਿਆਂ 'ਚ ਵੀ ਲੋਕ ਪੈਸੇ ਮਾਰ ਜਾਂਦੇ ਸੀ? ਮਾਰਦੇ ਨਹੀਂ ਸੀ, ਦੇਣ ਲੱਗੇ ਢਿੱਲ ਮਿਸ ਕਰਦੇ ਸੀ, ਉਹ ਫਲਾਨਾ ਮੋਟਰਸਾਈਕਲ ਉਹਦੇ ਕੋਲ ਚਾਬੀ ਆ, ਉਹ ਉੱਥੇ ਫਲਾਨਾ ਚੀਜ਼ ਲੈਣ ਗਿਆ ਹੋਇਆ ਫਲਾਨੇ, ਆਦਾਂ ਸੁਣਨ ਨੂੰ। ਪੈਸੇ ਦੇਣ ਨੂੰ ਕਿਹਦਾ ਚਿੱਤ ਕਰਦਾ? ਹੁਣ ਤਾਂ ਆਰਾਮ ਨਾਲ ਹੀ ਦੇਈ ਜਾਂਦੇ, ਮੈਂ ਤਾਂ ਹੈਰਾਨ ਹੁੰਦੀ ਹਾਏ ਅਸੀਂ ਹੁਣ ਜੰਮਦੇ, ਮੈਂ ਕਹਿੰਦੀ ਹੁਣ ਜੰਮਦੇ ਅਸੀਂ ਤਾਂ, ਥੋੜ੍ਹੇ ਦਿਨ ਗਾ ਗੁ ਕੇ ਆਰਾਮ ਨਾਲ ਬਹਿ ਜਾਂਦੇ, ਉਹ ਗਾ ਗਾ ਕੇ ਗਲੇ ਘੱਗਾ ਬਿਠਾ ਲਈਆਂ ਅਸੀਂ, ਮੂੰਹ 'ਤੇ ਝੁਰੀਆਂ ਪਾ ਲਈਆਂ, ਠੀਕ ਹੈ ਬਸ ਵਧੀਆ ਲੰਘ ਗਈ, ਮਤਲਬ ਔਖੇ ਸੌਖੇ ਲੰਘ ਗਈ। ਜਿਹੜਾ 35 ਸਾਲ ਦਾ ਸਫ਼ਰ ਆ ਉਹ ਤੁਹਾਨੂੰ ਇਹ ਨਹੀਂ ਲੱਗਦਾ ਵੀ ਇੱਕ ਹਵਾ ਦੇ ਬੁੱਲੇ ਵਾਂਗੂ ਨਿਕਲ ਗਿਆ? ਰੁੱਝੇ ਹੀ ਇੰਨੇ ਰਹੇ, ਪ੍ਰੋਗਰਾਮ ਲਾ ਲਓ ਰਿਕਾਰਡਿੰਗ ਕਰ ਲਓ, ਪ੍ਰੋਗਰਾਮ ਲਾ ਲਓ ਬਾਹਰ ਚਲੇ ਜਾਓ ਰਿਕਾਰਡਿੰਗ ਕਰ ਲਓ, 35 ਸਾਲ 35 ਰਣਾਂ ਵਾਂਗੂ ਨਹੀਂ ਨਿਕਲੇ? ਸਹੀ ਗੱਲ ਹੈ, ਸਹੀ ਗੱਲ ਹੈ, ਮੈਨੂੰ ਤਾਂ ਐਂ ਲੱਗਦਾ ਗਾਇਆ
ਕਈ ਵਾਰੀ ਨਾ ਸੋਚੀਦਾ ਵੀ ਹੈ ਕਿ ਇੰਨਾ ਕਰ ਲਿਆ ਆਪਣੇ ਆਪ 'ਚ ਪ੍ਰਾਊਡ ਵੀ ਨਾ, ਫਿਰ ਕਿਹਦਾ ਹੈ ਗਾ ਕਿਵੇਂ ਲਿਆ, ਐਵੇਂ ਐਵੇਂ ਧੱਕੇ ਜਿਹੇ ਖਾ ਕੇ ਪੇਮੈਂਟਾਂ ਥੋੜ੍ਹੀਆਂ ਥੋੜ੍ਹੀਆਂ ਬੁਰੇ। ਹੁਣ ਤਾਂ ਏ ਸੀ ਦੀਆਂ ਗੱਡੀਆਂ ਨਾਲ ਆਰਾਮ ਨਾਲ ਏ ਸੀ 'ਚ ਵੀ ਬੈਠੇ ਹੋਏ ਹਾਂ ਜਿਨ੍ਹਾਂ ਦੇ ਘਰ ਆਏ ਹੋਏ ਹਾਂ। ਸੋ ਅੱਗੇ ਕਿੱਥੇ ਦੀ ਇੱਦਾਂ। ਮਹੀਨੇ 'ਚ ਵੱਧ ਤੋਂ ਵੱਧ ਕਿੰਨੇ ਪ੍ਰੋਗਰਾਮ ਲਾਏ ਨੇ? ਪ੍ਰੋਗਰਾਮ ਤਾਂ ਸਾਡੇ ਵਧੀਆ ਲੱਗਦੇ ਸੀ ਪਰ ਕਮਾਉਣਾ ਨਹੀਂ ਆਇਆ ਸਾਨੂੰ, ਸਾਨੂੰ ਆਪਣੀ ਵੈਲਿਊ ਦਾ ਨਹੀਂ ਪਤਾ ਵੀ ਕੀ ਹੈ। ਪਰ ਉਦੋਂ ਨਾ ਸਾਡੇ ਸਰੋਤਿਆਂ ਕੋਲ ਇੰਨੇ ਪੈਸੇ ਵੀ ਨਹੀਂ ਸੀ, ਉਹਨਾਂ ਨੂੰ ਵੀ ਹੁਣ ਤਾਂ ਹਰੇਕ ਕੋਲ ਮਹਾਰਾਜ। ਪਰ ਤੁਹਾਡੀ ਤਾਂ ਫੋਟੋ ਮੁੰਡੇ ਖੁੰਡੇ ਜੇਬਾਂ 'ਚ ਪਾ ਕੇ ਰੱਖਦੇ ਹੁੰਦੇ ਸੀ। ਮੈਨੂੰ ਤਾਂ ਦਿਖਾਣ ਹੀ ਲੱਗ ਜਾਂਦੇ ਸੀ ਮੇਰੀ ਫੋਟੋ ਮੈਂ। ਤੁਸੀਂ ਗਾਈ ਜਾਂਦੇ ਆ ਤੁਹਾਡੀ ਫੋਟੋ ਤੁਹਾਨੂੰ ਦਿਖਾਉਂਦੇ ਹੁੰਦੇ ਸੀਗੇ ਝੋਬਰ, ਹੈ ਨਾ? ਸਹੀ ਗੱਲ ਆ, ਹੁਣ ਵੀ ਕਈਆਂ ਕੋਲ ਹੈਗੀ ਹੈ। ਹੁਣ ਵੀ ਆ ਕੇ ਦਿਖਾ ਜਾਂਦੇ ਨੇ? ਆਹੋ ਜੀ, ਸਾਡਾ ਹੁਣ ਤਾਂ ਆਪਣੇ ਘਰ ਬੁਲਾ ਕੇ ਮੈਨੂੰ ਦਿਖਾਉਂਦੇ ਆ ਟੀ ਵੀ 'ਤੇ, ਆਹ ਤੁਹਾਡਾ ਜੀ ਖਾੜਾ ਸੀ, ਆਹ ਫਲਾਨੀ ਜਗ੍ਹਾ। ਹੁਣ ਹੋਰ ਗੱਲਾਂ, ਉਦੋਂ ਹੋਰ ਗੱਲਾਂ ਸੀ, ਉਦੋਂ ਇੱਕ ਫੋਟੋਆਂ ਨਾਲ ਹੀ ਪਿਆਰ ਹੁੰਦਾ। ਕਈਆਂ ਨੇ ਮੈਨੂੰ ਮੇਰੀ ਫੋਟੋ ਦਿਖਾ ਕੇ ਨਾ ਐ ਕੇ ਮੈਂ ਬਹੁਤ ਮੈਨੂੰ ਭੈੜਾ ਵੀ ਲੱਗਣਾ, ਫਿਰ ਬਾਅਦ 'ਚ ਕਿਹੜਾ ਮੈਂ ਕਿਹਾ ਇਹਨਾਂ ਦਾ ਕਸੂਰ ਕੀ, ਮੈਂ ਵੀ ਸਾਂਭੀਏ ਮੇਰੀ ਫੋਟੋ, ਫਿਰ ਉਹਨਾਂ ਦਾ ਦਿਲ 'ਚ ਬੈਠੀ ਮੈਂ ਇਕੱਲੀ ਹੋ ਕੇ ਵੀ ਸੋਚਦੀ ਹੁੰਦੀ ਸੀ, ਅੱਛਾ ਵੀ ਲੱਗਦਾ ਸੀ ਬੁਰਾ ਵੀ ਲੱਗਦਾ ਸੀ, ਹੋਏ ਹੋਏ ਆਹ ਕੀ ਕਰਦੇ ਪਏ। ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਫੋਟੋ ਘਰਦਿਆਂ ਨੇ ਵੇਖ ਲਈ ਅਤੇ ਮੇਰੇ ਪਈਆਂ ਬਹੁਤ ਗਾਣੇ ਤਾਂ ਮੈਨੂੰ ਆਪਣੇ ਸਾਰੇ ਚੇਤੇ ਆਉਂਦੇ ਆ, ਮੈਨੂੰ ਹਾਲੇ ਵੀ ਕਈ ਹੁੰਦਾ ਨਾ ਖਾਲੀ ਘੋੜੀ ਆਉਣ ਦਿਓਗੇ? ਸੁਣਾ ਦੋ ਫਿਰ। ਕਰੇ ਮਿਰਦਿਆ ਕੌਣ ਬਣਾਵੇ ਧੀ, ਵੇ ਉਹ ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਂਦਾ ਵੀਰ, ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਂਦਾ ਵੀਰ, ਇੱਕ ਨਾ ਮੰਨੀ ਗੱਲ ਕਿਸੇ ਦੀ ਬੁਰਿਓ ਪਾਜ ਪੜਾਵਾਂ, ਤੇਰੇ ਬਾਜੋ ਵੀਰਾਂ ਦੀਆਂ ਡੋਲਿਓ ਭੱਜੀਆਂ ਬਾਹਾਂ, ਜੋ ਹੋਣਾ ਸੀ ਹੋ ਗਿਆ ਆਖਿਰ ਵਰਤ ਗਈ ਤਕਦੀਰ, ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਂਦਾ ਵੀਰ, ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਂਦਾ ਵੀਰ। ਕੀ ਬਾਤ ਹੈ, ਵਾਹ ਵਾਹ ਵਾਹ। ਹੋਰ ਕੀ ਸੁਣਾਵਾਂ ਤੁਹਾਨੂੰ? ਸੁਣਾਈ ਚਲੋ, ਅਸੀਂ ਤਾਂ ਬਸ ਸਰੋਤੇ ਆ। ਮੱਚਦਿਆਂ ਨੂੰ ਮੱਚ ਲੈਣ ਦੇ ਇੱਕ ਦਾਣੇ ਚੱਬਣੇ ਰਵਾਲ ਵਿਛਾ ਕੇ।
ਇਹ ਟਹਿਣਾ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਇਹ ਗੱਲ। ਅੱਛਾ, ਟਹਿਣੇ ਨੂੰ ਤਾਂ ਯਾਰ ਬ੍ਰੇਨ ਵਧੀਆ, ਮੇਰਾ ਤਾਂ ਹੁਣ ਸਦਾਈਆਂ ਵਰਗਾ ਹੋਇਆ। ਭੈਣ ਜੀ, ਜੇ ਕਿਤੇ ਮੈਂ 75 ਦਾ ਹੋ ਗਿਆ, ਮੇਰਾ ਇੰਨਾ ਵੀ ਨਹੀਂ ਰਹਿਣਾ। ਬੋਲੀ ਜਾਂਦਾ ਖਾ ਗਲ ਮਾਤਾ ਤੇਰੀ ਵੱਡੀ ਉਮਰ ਕਰੇ, ਬੁੱਢਾ ਚਿੱਟਾ ਵੀ ਹੋ ਜਾਣਾ ਤੇਰਾ ਤਾਂ ਵੀ ਤੈਨੂੰ ਸੁਣਦੇ ਰਹਿਣਾ ਪਰਮਾਤਮਾ। ਰਮਨ ਵੀ ਅੱਦੇ ਰਵੇ ਹੱਸਦੀ ਖੇਡਦੀ ਖਾ ਗੁਲਾਬ ਦਾ ਫੁੱਲ। ਮੈਂ ਗਮਲਾ ਆਵਾਜ਼ ਪੁੱਜ ਜਾਏ ਬਸ ਇਹੀ ਬਹੁਤ ਹੈ। ਔਰ ਮੈਂ ਇਸੇ ਗੱਲੋਂ ਖੁਸ਼ ਹਾਂ ਤੁਹਾਡਾ ਪ੍ਰਾਈਮੇਸ਼ੀਆ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਮੈਨੂੰ ਬੁਲਾ ਲੈਂਦੇ ਆ। ਵਿਆਹ ਹੋ ਜਾਏ ਬਾਬਿਆਂ ਦੀ ਜੈ ਬੀਬੀ ਦੀ। ਭੈਣ ਜੀ, ਪੈਸੇ ਪੁਸੇ ਵਾਹਵਾ ਕਮਾਏ ਕਿ ਨਹੀਂ ਵੈਸੇ? ਚਲੋ ਵੈਸੇ ਕਿਸੇ ਨੂੰ ਪੁੱਛਣਾ ਨਹੀਂ ਚਾਹੀਦਾ ਵੀ ਆਮਦਨ ਤੇਰੀ ਕਿੰਨੀ ਆ, ਕਿੰਨੇ ਕੁ ਕਮਾਉਣਾ, ਇਹ ਬਹੁਤ ਮਾੜੀ ਗੱਲ ਆ। ਵੈਸੇ ਸਤਿਕਾਰਯੋਗ ਪਰਿਵਾਰਕ ਮੈਂਬਰ ਤੁਸੀਂ, ਪੈਸੇ ਪੁਸੇ ਸੋਹਣੇ ਕਮਾ ਲਏ ਕਿ ਬੱਲੇ ਬੱਲੇ ਹੀ ਆ? ਰਣਜੀਤ ਕੌਰ ਜੀ ਸਿਰਾ ਅੱਤ ਗਦਰ ਬੰਬ ਇੰਨਾ ਹੀ ਆ, ਸਿਰਾ ਹੀ ਆ ਬਸ ਅੱਤ ਆਹੀ ਆ। ਪੈਸੇ ਪੁਸੇ ਤਾਂ ਰਾਮ ਰਾਮ ਠੀਕ ਹੈ, ਪੈਸੇ ਵੀ ਤੂੰ ਕਿੰਨੇ ਕਮਾਇਆ? ਅੱਜ ਤਾਂ ਕੁਛ 1600 ਰੁਪਈਆ ਨਹੀਂ ਦਿੰਦੇ ਮੇਰਾ। ਹੈਂ? ਲੈਣੇ ਆ ਨਾ ਤਾਂ ਮੈਂ 1600 ਰੁਪਈਆ ਲੈਣਾ, 4 ਮਹੀਨੇ ਹੋ ਗਏ। ਆਏ ਹਾਏ, ਅੱਛਾ ਹਾਂ, ਤੁਸੀਂ ਕਹਿੰਦੇ ਸੀ ਵੀ ਜੇ ਨਵੇਂ ਦੌਰ 'ਚ ਹੁੰਦੇ ਪੈਸੇ ਕਮਾਉਂਦੇ, ਮੈਂ ਨਵੇਂ ਦੌਰ 'ਚ ਆਇਆ ਸੀ। ਇਹਨੇ ਕਿਉਂ ਦੇਣਾ ਦੇਣਾ? ਇਹ ਲੈ ਇੱਥੋਂ। ਦੇਖੋ ਉਹਨਾਂ ਨੇ ਵੀ ਨਹੀਂ ਕੁਛ ਕਿਹਾ ਇਸ ਗੱਲ ਤੇ। ਕਹੋ ਮਾੜਾ ਜਿਹਾ, ਕੁੜੀਏ ਦੇ ਦੇ ਪੈਸੇ ਮੁੰਡੇ ਦੇ। ਆਹੋ ਆ ਪੈਸੇ ਲੈ ਲੈ ਮੋਟੀ। ਤੁਸੀਂ ਵੇਖੋ, ਤੁਸੀਂ ਅੱਜ ਇਨਸਾਫ ਕਰਨਾ, ਸਾਰੇ ਦਫ਼ਤਰ ਨੇ ਪੈਸੇ ਇਕੱਠੇ ਕੀਤੇ, ਕੁਛ ਸਮਾਨ ਲੈ ਕੇ ਆਉਣਾ ਸੀ। ਅੱਛਾ, ਮੈਨੂੰ ਕਹਿੰਦੇ ਵੀ 1600 ਰੁਪਇਆ ਮੇਰਾ ਵੀ ਤੂੰ ਦੇ, ਤਾਂ ਉਹ ਮੈਂ ਉਧਾਰ ਲੈ ਹੋਏ, ਦੱਸੋ ਤੁਸੀਂ। ਆ ਦੱਸ, ਇਹ ਤਾਂ ਤੂੰ ਜਾਇਜ਼ ਕਰਦਾ ਪਿਆ। ਨਹੀਂ, ਉਹਨੇ ਵਿਚਾਰੇ ਨੇ ਸਮਾਨ ਲਿਆਂਦਾ, ਕਈ ਵਾਰੀ ਵਾਧਾ ਆ ਵੀ ਮਾੜੇ ਮੋਟੇ ਖੱਚਣੇ ਪੈਂਦੇ ਵਿੱਚ। ਦੇਖੋ ਕਿੰਨੇ ਕੰਜੂਸ ਹੈ, ਹਾਲੇ ਵੀ 1600 ਬਣਾਈ ਜਾਂਦੇ ਆ। ਚਲੋ ਆਪਾਂ ਮੁੱਦੇ ਤੇ ਆਉਂਦੇ ਆ। ਫਿਰ ਇੱਕ ਵੇਲਾ ਐਸਾ ਆਇਆ ਜਦੋਂ ਤੁਸੀਂ ਅੱਡ ਹੋ ਗਏ ਬਹੁਤ ਗਾ ਕੇ। ਉਹ ਵੇਲਾ ਤਾਂ ਬਹੁਤ ਦੁਖੀ ਹੋਣ ਵਾਲਾ। ਉਹ ਜਿਹੜਾ ਵੇਲਾ ਆਇਆ, ਜਿਵੇਂ ਮੰਨ ਲਓ ਆਪਾਂ ਅੱਜ ਅੱਡ ਹੁੰਦੇ ਹੋਈਏ, ਤੇ ਕਿੰਨੇ ਕੁ ਸਾਲ ਪਹਿਲਾਂ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਵੀ ਭਾਈ ਅੱਡ ਹੋਣਾ ਹੈ, ਅੱਡ ਹੋਣਾ ਹੈ? ਨਹੀਂ, ਸਾਲ ਸੂਲ ਕੋਈ ਨਹੀਂ, ਇੱਕਦਮ ਹੀ ਅੱਡ ਹੋਏ ਆ। ਇੱਕਦਮ ਹੀ ਅੱਡ ਹੋਏ ਆ। ਸਭ ਤੋਂ ਮੈਨੂੰ ਧੱਕਾ ਲੱਗਿਆ ਬਹੁਤ। ਮੈਂ ਕਿਹਾ ਹਾਏ, ਮੈਂ ਕਿਹਾ ਮੈਨੂੰ ਚੌਲਾ ਚੌਲਾ ਦੇਖਣ ਲੱਗ ਗਿਆ। ਤਕਲੀਫ ਤਾਂ ਹੁੰਦੀ ਹਰੇਕ ਕੰਮ, ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ।
ਜਿਵੇਂ ਕਿਸੇ ਦੀ ਫੈਕਟਰੀ ਚਲਦੀ ਚਲਦੀ ਆਏ ਪੱਖਾ ਚਲਦਾ ਚਲਦਾ ਇੱਕਦਮ ਲਾਈਟ ਚਲੀ ਜਾਂਦੀ ਉਹ ਹਿਸਾਬ ਹੋਇਆ ਸੀ ਮੇਰੇ ਨਾਲ ਤੁਹਾਨੂੰ ਇੱਕਦਮ ਹੀ ਕਹਿ ਦਿੱਤਾ ਗਿਆ ਸੀ ਹਾਂ ਭਾਅ ਜੀ ਨੇ ਇੱਕਦਮ ਆਵਾਜ਼ ਦਾ ਫਰਕ ਹੈ ਇੱਕਦਮ ਸੈੱਟ ਟੁੱਟਣ ਦਾ ਫਰਕ ਮੈਂ ਤਾਂ ਬੇਕਾਰ ਜੀ ਹੋ ਕੇ ਬਹਿ ਕੇ ਬਹਿ ਕੇ ਹਾਏ ਹਾਏ ਮੇਰਾ ਹਲੇ ਬਹੁਤ ਹੁਣ ਵੀ ਬੇਕਾਰ ਹੀ ਆ ਹੁਣ ਕਿਹੜਾ ਮੇਰੇ ਕੋਲ ਪੌੜ ਪਏ ਤੁਸੀਂ ਹਾਂ ਤੁਸੀਂ ਹੱਸਦੇ ਚੰਗੇ ਲੱਗਦੇ ਹੋ ਹਾਸਾ ਵੀ ਕਿਸੇ ਗੱਲ ਨਾਲ ਹੀ ਆਉਂਦਾ ਬੋਲੋ ਵਿੱਚ ਬੰਦਿਆਂ ਨੇ ਪੈ ਕੇ ਕੋਈ ਗੱਲਬਾਤ ਮਨਾਉਣ ਦੀ ਸੁਲਝਾਉਣ ਦੀ ਮਸਲੇ ਨੂੰ ਕੋਸ਼ਿਸ਼ ਨਹੀਂ ਕੀਤੀ ਉਦੋਂ ਕਰਦੇ ਰਹੇ ਆ ਕੁਛ ਦੇ ਆਪਣੇ ਲੁਧਿਆਣੇ ਦੇ ਹੀ ਜਿਹੜੇ ਪਤਵੰਤ ਸੱਜਣ ਸੀ ਭਾਅ ਜੀ ਮੰਨੇ ਨੇ ਪਤਾ ਨਹੀਂ ਕੀ ਭਾਅ ਜੀ ਨੂੰ ਐਡੇ ਢੀਠ ਜੇ ਬੜੇ ਰਹੇ ਭਾਅ ਜੀ ਸਾਊਂਡ ਪ੍ਰੂਫ ਹੀ ਹੋਏ ਹੋਏ ਸੀ ਤੁਸੀਂ ਫੋਨ ਫਾਨ ਕਰਕੇ ਨਹੀਂ ਕਹਿੰਦੇ ਸੀ ਵੀ ਨਾ ਮੈਂ ਨਹੀਂ ਕੀਤਾ ਜਿਹਨੇ ਖੜਿਆ ਨਹੀਂ ਦੇਖਿਆ ਬੈਠਣ ਅੱਗੇ ਦੇਖੂ ਠੀਕ ਹੈ ਵਧੀਆ ਵਧੀਆ ਸਾਰੇ ਕਿਸੇ ਨੂੰ ਮਾੜਾ ਨਹੀਂ ਕਹੋ ਆਪ ਪਰ ਜਿਸ ਵੇਲੇ ਉਹਨਾਂ ਨੇ ਤੁਹਾਨੂੰ ਕਿਹਾ ਕਿ ਅੱਜ ਤੋਂ ਬਾਅਦ ਆਪਾਂ ਇਕੱਠੇ ਨਹੀਂ ਗਾਵਾਂਗੇ ਉਦੋਂ ਵੀ ਨਹੀਂ ਤੁਸੀਂ ਉਹਨਾਂ ਨੂੰ ਕੋਈ ਸਵਾਲ ਕੋਈ ਜਵਾਬ ਨਾ 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 ਟਾਈਮ ਹੀ ਨਹੀਂ ਦਿੱਤਾ ਸੀ ਭਾਅ ਜੀ ਦੀ ਬਾਹਰ ਗੱਡੀ ਖੜੀ ਸੀ ਨਾ ਜਿਵੇਂ ਸਾਡੀ ਗਲੀ 'ਚ ਡਰਾਈਵਰ ਨੇ ਬੰਦ ਵੀ ਨਹੀਂ ਸੀ ਕੀਤਾ ਕੋਈ ਕਾਲ ਸੀ ਕਾਲ ਸੀਗੀ ਕੋਈ ਬਸ ਕਹਿ ਕੇ ਚਲੇ ਗਏ ਜਿਵੇਂ ਜਵਾਕ ਨਹੀਂ ਕਰਦੇ ਹੁੰਦੇ ਕਹਿੰਦੇ ਗੁੱਡੋ ਤੁਸੀਂ ਹੁਣ ਆਪਣਾ ਕੰਮ ਇਕੱਲੇ ਕਰੋ ਅਤੇ ਮੈਂ ਆਪਣਾ ਇਕੱਲਾ ਕਰਦਾ ਮੈਂ ਆਪਣਾ ਕੰਮ ਤੁਸੀਂ ਕੰਮ ਕਰ ਲਓ ਆਪਣੇ ਇਕੱਲੇ ਕਰੇ ਮੈਂ ਤੁਹਾਡੇ ਨਾਲ ਗਾ ਨਹੀਂ ਸਕਦਾ ਪਤਾ ਨਹੀਂ ਆਇਆ ਕੁਛ ਕਹਿ ਗਿਆ ਦੋ ਕਰੋ ਕਾਫੀ ਦੇਰ ਹੋ ਗਈ ਹੁਣ ਤਾਂ ਫੁੱਲ ਫੁਲਾ ਗਈ ਮੈਂ ਵੀ ਅਤੇ ਇੱਦਾਂ ਕਹਿ ਕੇ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਅਲੱਗ ਕਰਨਾ ਔਰ ਮੈਂ ਅਸੀਂ ਤਾਂ ਐਂ ਹੀ ਦੇਖਦੇ ਰਹੇ ਮੇਰੀ ਭੈਣ ਦਾ ਬੇਟਾ ਕੋਲ ਬੈਠਾ ਸੀ ਉਦੋਂ ਸੀਗਾ 14 ਸਾਲ ਦਾ 15 ਦਾ ਹੋਣਾ ਉਹ ਮੈਨੂੰ ਕਹਿਣ ਲੱਗ ਗਿਆ ਉਹ ਆਪਣੇ ਕਾਲਰ ਨਾਲ ਨਾ ਹੰਝੂ ਜੇ ਪੁੰਝਣ ਲੱਗ ਗਿਆ ਉਹ ਰੋਣ ਲੱਗ ਗਿਆ ਕਹਿੰਦਾ ਆਹ ਆਟੀ ਆਪਾਂ ਰੋਟੀ ਕਿੱਥੋਂ ਖਾਓਗੇ ਮੈਂ ਕਿਹਾ ਦੱਸ ਉਹਨੂੰ ਦੇਖ ਕੇ ਮੈਨੂੰ ਬਾਅਦ 'ਚ ਰੋਣਾ ਜਿਹਾ ਆ ਗਿਆ ਮੈਂ ਕਹਿੰਦਾ ਬੱਚਾ ਹਾਂ ਮੇਰੇ ਕੋਲ ਹੀ ਰਹਿੰਦਾ ਚਲੋ ਤੁਸੀਂ ਚੜ੍ਹਦੇ ਕਲੇ ਦਾ ਵਿੱਚ ਰਹੋ ਭੈਣ ਜੀ ਸਾਰੀ ਉਮਰ ਤਾਂ ਬਹੁਤ ਘੱਟ ਲੋਕਾਂ ਦੀ ਨਿਭਦੀ ਆ ਇੱਜ਼ਤ ਬੜੀ ਰਹਿੰਦੀ ਇੱਜ਼ਤ ਹੁਣ ਵੀ ਹੈ ਉਹਨਾਂ ਦੀ ਵੀ ਭਾਜੀ ਦੀ ਵੀ ਬਹੁਤ ਸੋਹਣੀ ਇੱਜ਼ਤ ਹੈ ਕੰਮ ਵੀ ਉਹਨਾਂ ਦਾ ਚੱਲਦਾ ਪਰ ਆਪਾਂ ਨਾ ਗੱਲਬਾਤ ਜਾਰੀ ਰੱਖਣੀ ਆ ਆਪਾਂ ਥੋੜਾ ਜਿਹਾ ਇੱਥੇ ਬ੍ਰੇਕ ਲੱਗ ਗਏ ਤੇ ਆਪਾਂ ਇੱਕ ਕਿਸ਼ਤ ਹੋਰ ਕਰਦੇ ਉਹਦੇ ਵਿੱਚ ਨਾ ਕੁਝ ਕੁ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਹੋਰ ਸਾਂਝੀਆਂ ਕਰਨੀਆਂ ਵਾਲੀਆਂ ਵੀ ਨਾ ਦਿਲ ਨਾ ਵਾਲੀਆਂ ਨਹੀਂ ਮੜੀਆਂ ਅੱਛਾ ਪੂਰਾ ਆਹੋ ਫਿਰ ਮੈਂ ਤਾਂ ਬੋਲਿਆ ਵੀ ਨਹੀਂ ਜਾਣਾ ਬਹੁਤ ਕੁਛ ਹੈ ਇਹਦੇ 'ਚ ਫਿਰ ਤੁਹਾਡੇ ਕੋਲ ਗਾਣਾ ਸੁਣਨਾ ਭਾਈ ਮੀਆਂ ਸ਼ਣਕ ਮੇਰੀ ਬੰਦ ਵੀ
ਚੱਲ ਵਧੀਆ ਛੜਕਾ ਦਾਂਗੇ ਕੋਸ਼ਿਸ਼ ਕਰਾਂਗੇ ਛੜਕਾਉਣ ਦੀ ਜੀ ਜ਼ਰੂਰ ਛੜਕਾਵਾਂਗੇ ਵਕਫਾ ਨਹੀਂ ਟਾਣਾ ਸਾਹਿਬ ਕਿਸ਼ਤ ਨੂੰ ਇੱਥੇ ਸਮੇਟਦੇ ਆ ਜੱਜ ਦਾ ਵਿਚਾਰ।